ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਅਰਜਨ ਵੈਲੀ ਜਿਹੜਾ ਇੱਕ ਗੀਤ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਜਿਹੜੀ ਇਹ ਫਿਲਮ ਆਈ ਐਨੀਮਲ ਇਹ ਵੀ ਬਹੁਤ ਚੱਲ ਰਹੀ ਆ ਅੱਜਕੱਲ ਆਪਣੇ ਚ ਬਹੁਤਿਆਂ ਨੂੰ ਇਹ ਨਹੀਂ ਪਤਾ ਹੀ ਵੀ ਅਰਜਨ ਵੈਲੀ ਕੌਣ ਸੀ ਇਸ ਫਿਲਮ ਤੇ ਇਸ ਗਾਣੇ ਤੋਂ ਪਹਿਲਾਂ ਜਿਵੇਂ ਬਹੁਤੇ ਸਾਡੇ ਸੂਰਮੇ ਨੇ ਉਹਨਾਂ ਨੂੰ ਹਜੇ ਵੀ ਨਹੀਂ ਜਾਣਦੇ ਤੇ ਜਿਵੇਂ ਗਾੜੀਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਤੇ ਸਰਚ ਕਰਦੇ ਹੁੰਦੇ ਆ YouTube ਤੇ ਵੀ ਇਹ ਕੌਣ ਹੀ ਜਿਵੇਂ ਸਾਡਾ ਵੀਰ ਸ਼ੋਪਦੀਪ ਸਿੰਘ ਸਿੱਧੂ ਸਿੱਧੂ ਮਸੇਆਲਾ ਜਿਹੜਾ ਗਾਣੇ ਦੇ ਵਿੱਚ ਸੂਰਮਿਆਂ ਦੇ ਨਾਂ ਪਾਉਂਦਾ ਹੁੰਦਾ ਸੀ ਲੋਕ ਜਿਹੜੇ ਉਹਨਾਂ ਸੂਰਮਿਆਂ ਨੂੰ ਨਹੀਂ ਵੀ ਜਾਣਦੇ ਸੀ ਜਾਂ ਜਿਹੜੇ ਭੁੱਲ ਚੁੱਕੇ ਸੀ ਉਹ ਵੀ ਉਹਨਾਂ ਨੂੰ ਸਤਜ ਕਰਦੇ ਸੀ ਫਿਰ ਸੋ ਗਾਣਿਆਂ ਦਾ ਵੀ ਇੰਨਾ ਇੱਕ ਪ੍ਰਭਾਵ ਪੈਂਦਾ ਹੈ ਲੋਕਾਂ ਦੇ ਉੱਤੇ ਸੋ ਜੇ ਚੰਗੇ ਗੀਤ ਹੋਣਗੇ ਤੇ ਚੰਗਾ ਸਮਾਜ ਆਪੇ ਹੋਊਗਾ ਅੱਜ ਕੱਲ ਦੇ ਸਮੇਂ ਦੇ ਵਿੱਚ ਬਹਿਲੀ ਸ਼ਬਦ ਨੂੰ ਗਾਣਿਆਂ ਦੇ ਵਿੱਚ ਬਹੁਤ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਵੇ ਬੰਦਾ ਸ਼ਰਾਬ ਪੀ ਕੇ ਤੁਰਿਆ ਫਿਰਦਾ ਤੇ ਆਪਣੇ ਆਪ ਨੂੰ ਵਹਿਲੀ ਕਹੀ ਜਾਂਦਾ ਹੈ। ਬਾਕੀ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਆਪਣੇ ਸਕੂਲਾਂ ਦੇ ਵਿੱਚ ਇਹ ਕਹਿੰਦੇ ਆ ਵੀ ਹਿੰਦੀ ਬੋਲੋ ਜਾਂ ਗਰੇਜੀ ਬੋਲੋ ਤੇ ਅਸੀਂ ਮਾਂ ਨਹੀਂ ਮਹਿਸੂਸ ਕਰਦੇ, ਸ਼ਰਮ ਮਹਿਸੂਸ ਕਰਦੇ ਆ ਪੰਜਾਬੀ ਬੋਲਣ ਲੱਗਿਆ। ਇਹ ਕਹਿੰਦੇ ਵੀ ਪੰਜਾਬੀ ਉਹ ਲੋਕ ਬੋਲਦੇ ਨੇ ਜਿਹੜੇ ਅਨਪੜ੍ਹ ਹੁੰਦੇ ਨੇ, ਅਨਸਿਵਲਾਈਜ਼ਡ ਹੁੰਦੇ ਨੇ। ਇਹ ਸਾਊਥ ਦਾ ਡਾਇਰੈਕਟਰ ਹੈ ਜਿਨੇ ਅਰਜਨ ਵੈਲੀ ਦੇ ਬਾਰੇ ਗਾਣਾ ਐਡ ਕੀਤਾ ਆਪਣੀ ਫਿਲਮ ਦੇ ਵਿੱਚ ਸਾਡੇ ਵਿੱਚ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਵੀ ਅਰਜਨ ਵੈਲੀ ਕੌਣ ਹੀ ਤੇ ਉਹ ਸਾਊਥ ਦੇ ਡਾਇਰੈਕਟਰ ਨੂੰ ਪਤਾ ਵੀ ਕੌਣ ਹੀ ਤੇ ਉਹਨੇ ਗਾਣਾ ਐਡ ਕੀਤਾ ਉਹਦਾ ਤੇ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਪੰਜਾਬੀ ਗਾਣੇ ਹੁੰਦੇ ਨੇ ਉਹਦੇ ਵਿੱਚ ਦੋ ਤਿੰਨ ਹਿੰਦੀ ਦੇ ਵਰਡ ਪਾ ਦਿੰਦੇ ਆ ਤਾਂ ਜੋ ਲੋਕਾਂ ਨੂੰ ਸਮਝ ਆਵੇ ਇੱਥੇ ਆਠੇੜ ਪੰਜਾਬੀ ਦੇ ਵਿੱਚ ਪੂਰਾ ਗਾਣਾ ਬਣਾਇਆ ਗਿਆ ਇਹਦੇ ਵਿੱਚ ਕੋਈ ਵੀ ਹਿੰਦੀ ਦਾ ਸ਼ਬਦ ਨਹੀਂ ਹੈਗਾ ਸਾਡੇ ਹਿੰਗਰ ਵੀ ਜਿਹੜੇ ਨੇ ਅੰਗਰੇਜ਼ੀ ਦੇ ਸ਼ਬਦ ਪਾਉਂਦੇ ਆ ਪੰਜਾਬੀ ਗਾਣਿਆਂ ਦੇ ਵਿੱਚ ਤੇ ਆਪਣੇ ਪੰਜਾਬੀਏ ਤਾਂ ਬਾਲੀਵੁੱਡ ਦੇ ਜਾਂਦੇ ਉਹ ਵੀ ਹਿੰਦੀ ਬੋਲਣ ਲੱਗ ਜਾਂਦੇ ਭਾਸ਼ਾਵਾਂ ਸਤਕਾਰਯੋਗ ਨੇ ਪਰ ਤੁਸੀਂ ਵੇਖੋ ਡਿਫਰੈਂਸ ਕਿੱਥੇ ਪੈਦਾ ਹੁੰਦਾ ਲੋਕ ਕਹਿੰਦੇ ਵੀ ਜਹੀ ਪੰਜਾਬੀ ਦੇ ਠੇਠ ਸ਼ਬਦ ਪਾਉਂਦੇ ਆ ਤੇ ਲੋਕੀ ਸੁਣਦੇ ਨਹੀਂ ਉਹਨੇ ਗਾਣਾ ਬਹੁਤਾ ਤੇ ਹਿੰਦੀ ਆਡੀਅנס ਨੇ ਸੁਣਿਆ ਜਿਨ੍ਹਾਂ ਨੂੰ ਨਾ ਤੇ ਪੰਜਾਬੀ ਦੇ ਠੇਠ ਸ਼ਬਦ ਸਮਝ ਆਏ ਉਹਨੇ ਨਾ ਉਹਨਾਂ ਨੂੰ ਇਹ ਪਤਾਉਣਾ ਵੀ ਅਰਜਨ ਵੈਲੀ ਕੌਣ ਆ ਕਿਉਂਕਿ ਜੇ ਪੰਜਾਬੀਆਂ ਨੂੰ ਨਹੀਂ ਪਤਾ ਅਰਜਨ ਵੈਲੀ ਕੌਣ ਨੇ ਤਾਂ ਹਿੰਦੀ ਵਾਲੇ ਨੂੰ ਕੀ ਪਤਾ ਹੋਣਾ ਇੱਕ ਫਿਲਮ ਜੀ ਤੇ ਸਾਊਥ ਹਾਲ ਨੇ 100 ਕਰੋੜ ਤੋਂ ਵੱਧ ਲਾਇਆ ਜਿਹਦੇ ਉੱਤੇ 100 ਕਰੋੜ ਤੋਂ ਵੱਧ ਲੱਗਾ ਉਸ ਫਿਲਮ ਦੀ ਪ੍ਰੋਮੋਸ਼ਨ ਕਿਵੇਂ ਕਰਾਈ ਇਹਨਾਂ ਨੇ ਉਸ ਫਿਲਮ ਦੀ ਪ੍ਰੋਮੋਸ਼ਨ ਢਾਡੀ ਵਾਰ ਦੀ ਤਰਜ਼ ਤੇ ਉੱ ਇਹ ਬਾਕੀ ਜਿਹੜੇ ਕਲਾਕਾਰ ਕਹਿੰਦੇ ਵੀ ਲੋਕ ਚੰਗੀ ਚੀਜ਼ ਸੁਣਨਾ ਨਹੀਂ ਚਾਹੁੰਦੇ ਜਾਂ ਉਹ ਸੁਣਦੇ ਨਹੀਂ ਤੇ ਉਹ ਇਸ ਗੱਲ ਦਾ ਜਵਾਬ ਦੇਣ ਵੀ ਢਾਡੀ ਵਾਰ ਦੀ ਤਰਜ਼ ਦੇ ਉੱਤੇ ਇੱਕ ਫਿਲਮ ਦੀ ਪ੍ਰੋਮੋਸ਼ਨ ਕਰਾਈ ਹੈ ਜਿਹਦੇ ਉੱਤੇ 100 ਕਰੋੜ ਰੁਪਏ ਲੱਗਿਆ ਹੈ ਤੇ ਤੁਸੀਂ ਆਪ ਦੱਸੋ ਚੰਗੀ ਚੀਜ਼ ਲੋਕ ਕਿਉਂ ਨਹੀਂ ਸੁਣਨਾ ਚਾਹੁੰਦੇ ਉਹ ਤੇ ਪ੍ਰੋਮੋਸ਼ਨ ਹੀ ਚੰਗੀ ਚੀਜ਼ ਦੇ ਨਾਂ ਤੇ ਕਰਾ ਰਹੇ ਆ ਹੁਣ ਜਿਹੜੇ ਬਾਹਰ ਦੇ ਕਲਾਕਾਰ ਆ ਉਹ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੀ ਪੋਪੂਲਾਰਿਟੀ ਇੰਨੀ ਕੁ ਹੁੰਦੀ ਆ ਵੀ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਲੋਕ ਬੈਠੇ ਉਹਨਾਂ ਨੂੰ ਸੁਣਦੇ ਨੇ ਉਹਨਾਂ ਦੇ ਪਹਿਰਾਵੇ ਨੂੰ ਤੇ ਉਹਨਾਂ ਦੇ ਕਲਚਰ ਨੂੰ ਫਾਲੋ ਕਰਦੇ ਹੁਣ ਬੋਲੀਵੁੱਡ ਦੇ ਵਿੱਚ ਜਿਹੜੇ ਸਰਦਾਰਾਂ ਨੂੰ ਵਿਖਾਉਂਦੇ ਸੀ ਜਿਹੜੇ ਕਿਰਦਾਰ ਹੁੰਦੇ ਹੀ ਨਾ ਸਰਦਾਰਾਂ ਦੇ ਉਹ ਵਿਖਾਉਂਦੇ ਸੀ ਵੀ ਇਹ ਤਾਂ ਸ਼ਰਾਬ ਪੀ ਕੇ ਨਾਜੇ ਟੱਪਦੇ ਰਹਿੰਦੇ ਬੱਲੇ ਬੱਲੇ ਕਰਦੇ ਰਹਿੰਦੇ ਆ ਜੋਕਰ ਜਿਹਾ ਵਿਖਾਉਂਦੇ ਸੀ ਸਰਦਾਰਾਂ ਨੂੰ ਉੱਥੇ ਆਪਣਾ ਸਿੱਧੂ ਮੂਸੇ ਵਾਲਾ ਪੰਜਾਬ ਦਾ ਉਹਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਆਪਣੇ ਗਾਣਿਆਂ ਦੇ ਵਿੱਚ ਉਹਨੇ ਵਿਖਾਇਆ ਪੰਜਾਬੀ ਕਿੰਨੇ ਅਣਖੀ ਹੁੰਦੇ ਆ ਬਾਕੀ ਜਿਹੜੇ ਲੋਕ ਬਾਹਰਲੇ ਨੇ ਜਿੰਨਾ ਕਦੇ ਪੰਜਾਬ ਦਾ ਨਾਮ ਵੀ ਸੁਣਿਆ ਹੋਣਾ ਨਾ ਉਹ ਵੀ ਸਿੱਧੂ ਮੂਸੇਵਾਲਾ ਨੂੰ ਵੇਖ ਕੇ ਪੱਗ ਬਨਣ ਲੱਗੇ ਸੀ ਪਤਾ ਨਹੀਂ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਉਹ ਪੱਗ ਨੂੰ ਲੈ ਗਿਆ ਸੀ ਹੁਣ ਵੇਖੋ ਉਹਦੇ ਵਰਗਾ ਤੇ ਕੋਈ ਵੀ ਨਹੀਂ ਹੋ ਸਕਦਾ ਪਰ ਅਸੀਂ ਕੋਸ਼ਿਸ਼ ਤੇ ਕਰੀ ਸਕਦੇ ਹਾਂ ਵੀ ਅਸੀਂ ਕੁਝ ਵਧੀਆ ਕਰੀਏ ਆਪਣੇ ਲੋਕਾਂ ਵਾਸਤੇ ਵੀ ਲੋਕ ਸਾਡੇ ਤੇ ਮਾਣ ਮਹਿਸੂਸ ਕਰਨ ਹੁਣ ਜੇ ਗੱਲ ਕਰੀਏ ਅਰਜਨ ਵੈਲੀ ਅਰਜਨ ਵੈਲੀ ਦਾ ਜਨਮ 1876 ਦੇ ਵਿੱਚ ਪਿੰਡ ਰੁੜਕਾ ਵਿਖੇ ਲੁਧਿਆਣੇ ਵਿੱਚ ਹੋਇਆ ਤੇ ਅਰਜਨ ਵੈਲੀ ਦਾ ਇੱਕ ਛੋਟਾ ਭਰਾ ਹੀ ਤੇ ਇੱਕ ਵੱਡਾ ਭਰਾ ਹੀ ਅਰਜਨ ਵੈਲੀ 6.5 ਫੁੱਟ ਦੇ ਜਿੱਸੇ ਦਾ مالک ਹੀ ਅਰਜਨ ਸਿੰਘ ਤੇ ਉਹਦਾ ਭਰਾ ਸਵਨਨ ਸਿੰਘ ਇਹ ਬੱਕਰੀਆਂ ਦੀ ਖਰੀਦ ਵੇਚ ਦਾ ਵਪਾਰ ਕਰਦੇ ਸੀ ਇਸੇ ਵਪਾਰ ਦੇ ਸੰਸਰੇ ਦੇ ਵਿੱਚ ਇਹ ਇੱਕ ਵਾਰ ਪਿੰਡ ਡੇਲੋ ਆਏ ਸਨ ਉੱਥੇ ਕੁਝ ਲੁਟੇਰੇ ਸਨ ਜਿਹੜੇ ਇਹਨਾਂ ਨੂੰ ਲੁੱਟਣਾ ਚਾਹੁੰਦੇ ਸੀ ਉਹਨਾਂ ਪਿੰਡ ਵਾਲਿਆਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਿੰਡ ਵਾਲੇ ਵੀ ਉਹਨਾਂ ਤੋਂ ਅੱਕੇ ਹੋਏ ਸਨ ਹੁਣ ਉਹਨਾਂ ਨੇ ਸੋਚਿਆ ਜਿਵੇਂ ਅਸੀਂ ਆਮ ਲੋਕਾਂ ਨੂੰ ਲੁੱਟ ਲੈਨੇ ਆ ਇਹਨਾਂ ਨੂੰ ਵੀ ਲੁੱਟ ਲਾਵਾਂਗੇ ਹੁਣ ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਅਸੀਂ ਕਿਹਦੇ ਨਾਲ ਪੰਗਾ ਲੈ ਰਹੇ ਭਰਾ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਕਿੱਥੇ ਹੋ 6 ਫੁੱਟ ਜਿਸ ਦੇ ਮਾਲਕ ਤੇ ਦਬੜੋ ਕੁਸੜੂ ਇਹ ਇਹੋ ਜਿਹਾ ਕਟਾਪਾ ਇਹਨਾਂ ਦਾ ਚਾੜਿਆ ਇਹ ਤਾਂ ਫਿਰ ਪਰਾਂ ਨੂੰ ਹੋ ਗਏ ਗਿੰਦੀ ਭਾਵ ਲੁਟੇਰਿਆਂ ਦੀ ਵਦ ਹੀ ਜਿਹੜੇ ਲੁਟੇਰੇ ਹੀ ਉਹ ਲੋਕਾਂ ਨੂੰ ਘੁੱਟਦੇ ਮਾਰਦੇ ਹੀ ਲੋਕਾਂ ਨੂੰ ਲੁੱਟਦੇ ਹੀ ਉਹ ਤੇ ਹੁਣ ਇੱਥੇ ਆਪ ਵੀ ਜਾਨ ਬਚਾ ਕੇ ਭੱਜ ਗਏ ਉਹਨਾਂ ਨੂੰ ਡਰ ਇਨਾਂ ਲੱਗ ਗਿਆ ਵੀ ਉਹ ਤੇ ਆਪਣਾ ਕੋੜਾ ਹੀ ਛੱਡ ਗਏ ਉੱਥੇ ਜਿਹੜੇ ਲੁੱਟਣਾ ਹੀ ਉਹਨਾਂ ਲੁੱਟਣਾ ਤੇ ਕੀ ਹੀ ਉਹ ਤੇ ਆਪਣਾ ਕੋੜਾ ਹੀ ਛੱਡ ਗਏ ਉੱਥੇ ਲੁੱਟਣ ਤੇ ਇਹਨਾਂ ਨੂੰ ਆ ਹੀ ਆਪਣੇ ਆਪ ਲਟਾ ਕੇ ਚੱਲ ਗਏ ਜਦੋਂ ਇਹ ਇਸ ਗੱਲ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਾ ਤੇ ਉਹਨਾਂ ਬਹੁਤ ਖੁਸ਼ੀ ਮਨਾਈ ਹਰ ਕਿਸੇ ਨੇ ਇਹਨਾਂ ਭਰਾਵਾਂ ਦੀ ਪਿੱਠ ਥਾਪੜੀ ਹੁਣ ਇਹਨਾਂ ਭਰਾਵਾਂ ਨੂੰ ਪਿੰਡ ਵਾਲੇ ਆਪਣੇ ਘਰੇ ਲੈ ਕੇ ਪ੍ਰਸ਼ਾਦਾ ਪਾ ਆਪਣੇ ਪਿੰਡ ਤੇ ਨੇੜੇ ਤੇਰੇ ਪਿੰਡਾਂ ਦੇ ਵਿੱਚ ਅਰਜਨ ਵੈਲੀ ਬਹੁਤ ਮਸ਼ਹੂਰ ਹੋ ਗਿਆ ਸੀ ਇੱਕ ਠੇਲੋ ਪਿੰਡ ਦਾ ਥਾਣੇਦਾਰ ਸੀ ਜਿਹੜਾ ਮਜਲੂਮਾਂ ਤੇ ਜ਼ੁਲਮ ਕਰਦਾ ਸੀ ਉਹ ਇੱਕ ਵਾਰ ਇੱਕ ਬਜ਼ੁਰਗ ਬਾਪੂ ਤੇ ਜ਼ੁਲਮ ਕਰ ਰਿਹਾ ਸੀ ਤੇ ਉਹ ਸਭ ਕੁਝ ਅਰਜਨ ਸਿੰਘ ਨੇ ਵੇਖ ਲਿਆ ਅਰਜਨ ਸਿੰਘ ਨੇ ਉਸ ਥਾਣੇਦਾਰ ਦੀ ਬਾਹ ਮਰੋੜ ਦਿੱਤੀ ਤੇ ਬਾਅਦ ਹੀ ਹੱਡੀ ਤੋੜ ਦਿੱਤੀ ਤੇ ਉਸ ਬਜ਼ੁਰਗ ਬਾਪੂ ਨੂੰ ਬਚਾ ਲਿਆ ਹੁਣ ਲੋਕੀ ਅਰਜਨ ਸਿੰਘ ਨੂੰ ਯਾਦ ਦਹਿ ਹੈ ਵੀ ਇਹ ਮਜਲੂਮਾਂ ਦੀ ਰਾਖੀ ਕਰਦਾ ਹੈ ਹਾਸੇ ਮਜ਼ਾਕ ਦੇ ਵਿੱਚ ਲੋਕ ਨੂੰ ਅਰਜਨ ਵੈਲੀ ਕਿਹਾ ਕਰਦੇ ਸਨ ਕਿਉਂਕਿ ਉਹਦੇ ਕਾਰਨਾਮੇ ਵੀ ਇਦਾਂ ਦੇ ਹੀ ਸੋ ਬਾਅਦ ਉਹਦਾ ਪੱਕਾ ਹੀ ਨਾ ਪੈ ਗਿਆ ਅਰਜਨ ਵੈਲੀ 1977 ਦੀ ਵਾਰਨ ਦੇ ਵੇਲੇ ਜਦੋਂ ਧਰਮ ਦੇ ਨਾਂ ਤੇ ਦੰਗੇ ਹੋ ਰਹੇ ਸੀ ਉਦੋਂ ਅਰਜਨ ਵੈਲੀ ਨੇ ਕਈ ਪਰਿਵਾਰ ਨੂੰ ਮਲੇੜ ਕੋਟਲੇ ਪਹੁੰਚਾਇਆ ਸਹੀ ਸਲਾਮਤ ਤੇ ਕਈਆਂ ਨੂੰ ਪਾਕਿਸਤਾਨ ਪਹੁੰਚਾਇਆ ਉਸ ਸਮੇਂ ਮਾਲ ਨਗਰ ਬਹੁਤ ਕੀਮਤੀ ਹੁੰਦੇ ਹਨ ਤੇ ਕਹੇ ਨੇ ਇਹ ਅਰਜਨ ਵੈਲੀ ਨੂੰ ਕਿਹਾ ਵੀ ਤੂੰ ਸਾਡੇ ਡੰਗਰ ਸਾਮਲੋ ਪਰ ਅਰਜਨ ਵੈਲੀ ਨੇ ਸਖਤ ਮਨਾ ਕਰ ਦਿੱਤਾ 1977 ਦੀ ਵਾਰਨ ਦੇ ਵੇਲੇ ਅਰਜਨ ਵੈਲੀ ਦੀ ਉਮਰ 70 ਸਾਲ ਦੇ ਨੇੜੇ ਤੇੜੇ ਹੀ ਇਕ ਨਰ ਮਿੱਤਰ ਹੀ ਜਿਹੜਾ ਵੰਦ ਦੇ ਵੇਲੇ ਉਹਨਾਂ ਨੂੰ ਗਹਿਣੇ ਤੇ ਹੋਰ ਕੁਝ ਕੀਮਤੀ ਸਮਾਨ ਫੜਾ ਗਿਆ ਸੀ ਜਿਹੜਾ ਬੰਦਾ ਅਰਜਨ ਵੈਲੀ ਨੂੰ ਕੀਮਤੀ ਸਮਾਨ ਫੜਾ ਗਿਆ ਸੀ ਉਹਦਾ ਜਿਹੜਾ ਪੁੱਤ ਹੀ ਉਹ ਲੈਣ ਆਇਆ ਸਮਾਨ ਫਿਰ ਬਾਅਦ ਚ ਸਾਲਾਂ ਬਾਅਦ ਵੀ ਉਹ ਸਮਾਨ ਜਿਉਂ ਦਾ ਤਿਆ ਉਹ ਦਿੱਤਾ ਉਹਨਾਂ ਨੂੰ ਇਦਾਂ ਨਹੀਂ ਵੀ ਕੁਝ ਆਪਣੇ ਕੋਲ ਰੱਖ ਲਿਆ ਤੇ ਕੁਛ ਨਾਲ ਦੇ ਤਾ ਨਾ ਸਾਰਾ ਕੁਝ ਉਹ ਨਾ ਦਿੱਤਾ ਜੋ ਫੜਾਗੇ ਸੀ ਉਹ ਉਹਨਾਂ ਨੂੰ ਵਾਪਸ ਦਿੱਤਾ ਨਹੀਂ ਤੇ ਆ ਦੇ ਕਾਲ ਸਾਡੇ ਵਿੱਚ ਬਹੁਤਿਆਂ ਦੀ ਨੀਤ ਤੇ ਬਹੁਤ ਮਾੜੀ ਹੁੰਦੀ ਹੈ ਪਰ ਅਰਜਨ ਵੈਲੀ ਦੀ ਜਮੀਰ ਜਾਗਦੀ ਸੀ ਤੇ ਉਹਨਾਂ ਕੁਝ ਵੀ ਆਪਣੇ ਕੋਲ ਨਹੀਂ ਰੱਖਿਆ ਪੰਜਾਬੀ ਸੂਬੇ ਵਾਸਤੇ ਜਿਹੜਾ ਸੰਘਰਸ਼ ਸੀ ਉਸ ਦੇ ਵਿੱਚ ਵੀ ਅਰਜਨ ਵੈਲੀ ਨੇ ਵੱਧ ਛੱਡ ਕੇ ਹਿੱਸਾ ਪਾਇਆ ਜਿਹਦੇ ਕਰਕੇ ਅਰਜਨ ਵੈਲੀ ਨੇ ਕਾਫੀ ਸਮਾਂ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਵੀ ਕੱਟਿਆ ਤੇ ਉਹ ਵੀ 80 ਸਾਲ ਦੀ ਉਮਰ ਦੇ ਵਿੱਚ ਹੁਣ ਗੱਲ ਕਰਦੇ ਹਾਂ ਉਸ ਲੜਾਈ ਦੇ ਟਾਈਮ ਬੰਨ ਕੇ ਲੜੀ ਗਈ ਸੀ ਜਿਸ ਲੜਾਈ ਦੇ ਕਰਕੇ ਅੱਜ ਅਸੀਂ ਦਹਾਕਿਆ ਬਾਦ ਵੀ ਅਰਜਨ ਯਾਦ ਕਰ ਰਹੇ ਆ ਜਿਹੜੇ ਪੰਡੋਰੀ ਪਿੰਡ ਦੇ ਵਹਿਲੀ ਹਨ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਸਨ ਬਿਨਾਂ ਗੱਲੋ ਜੋ ਕਿ ਅਰਜਨ ਦੇ ਉਹਦੇ ਸਾਥੀਆਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਸੋ ਇਹਨਾਂ ਦੇ ਸਿੰਘ ਫਸਦੇ ਹੀ ਰਹਿੰਦੇ ਸਨ ਸੋ ਦੋਵਾਂ ਨੇ ਇੱਕ ਵਾਰੀ ਫਿਰ ਕੰਮ ਨਿਬੇੜਿਆ ਤੇ ਰੋਸ਼ਨੀ ਦੇ ਮੇਲੇ ਦੇ ਵਿੱਚ ਨਾ ਟਾਈਮ ਬਾਲ ਲਿਆ ਲੜਾਈ ਵਾਸਤੇ ਰੋਸ਼ਨੀ ਦਾ ਮੇਲਾ ਉਦੋਂ ਤੋਂ ਹੀ ਜਗਰਾਉਂ ਦੇ ਵਿੱਚ ਬਹੁਤ ਮਸ਼ਹੂਰ ਹੈ ਹਜ਼ਾਰਾਂ ਲੋਕ ਇਹ ਮੇਲਾ ਵੇਖਣਾ ਆਉਂਦੇ ਨੇ ਉਦੋਂ ਤੇ ਇਹਨਾਂ ਨੇ ਟਾਈਮ ਬੰਨਿਆ ਹੋਇਆ ਸੀ ਤੇ ਸਾਰਿਆਂ ਨੂੰ ਪਤਾ ਹੀ ਵੀ ਇਨਾਂ ਹੀ ਲੜਾਈ ਹੋਣੀ ਹੈ ਤੇ ਬਹੁਤ ਵੱਡਾ ਘਾਟਾ ਹੀ ਉਦੋਂ ਇੱਕ ਪਾਸੇ ਪੰਡੋਰੀ ਪਿੰਡ ਦੇ ਵਹਿਲੀ ਜਿਹੜੇ ਇੱਕ ਪਾਸੇ ਅਰਜਨ ਵੈਲੀ ਤੇ ਉਹਦੇ 2000 ਦੋਸਤ ਮੁਕਾਬਲਾ ਇੱਕ ਤਰਫਾ ਰਹਾ ਤੇ ਬਹੁ ਡਾਂਗ ਛੋਟਾ ਫੇਰਿਆ ਅਰਜਨ ਵੈਲੀ ਤੇ ਉਹਦੇ ਯਾਰ ਦੋਸਤਾਂ ਨੇ ਕਹਿੰਦੇ ਆ ਕਹੌਂਦਿਆਂ ਦੀ ਰੂਹ ਕੰਬ ਲਾਤੀ ਉਹ ਵੀ ਸਿਰਫ 3000 ਦੋਸਤਾਂ ਨੇ ਮਿਲ ਕੇ 20 ਦੇ 20 ਬੰਦੇ ਉਹਦੋਂ ਆਪਣੀਆਂ ਹੱਡੀਆਂ ਤਲਵਾ ਕੇ ਗਏ ਆ ਫਿਰ 82 ਸਾਲ ਦੀ ਉਮਰ ਦੇ ਵਿੱਚ ਇਹ ਜਿਹੜਾ ਸਾਡਾ ਹੂਰਮਾ ਆ ਜਿਹਨੂੰ ਅਸੀਂ ਅਰਜਨ ਵੈਲੀ ਦੇ ਨਾਲ ਜਾਣਦੇ ਆ ਇਹ ਚੜ੍ਹਾਈ ਕਰ ਗਿਆ ਸੀ ਅਰਜਨ ਵੈਲੀ ਦਾ ਕਦੂਦਾ ਦਾ ਆਪਰੇਸ਼ਨ ਹੋਇਆ ਸੀ ਡਾਕਟਰ ਕਹਿੰਦਾ ਤੁਸੀਂ ਆਰਾਮ ਕਰਨਾ ਹੈ ਸਾਡੇ ਬਜ਼ੁਰਗ ਕਿਥੇ ਮੰਨਦੇ ਆ ਬਜ਼ੁਰਗਤਾ ਕਹਿੰਦੀ ਆ ਡਾਕਟਰ ਨੂੰ ਬੜਾ ਪਤਾ ਮੈਂ ਤਾਂ ਚੰਗਾ ਪੜਾ ਤੁਰਿਆ ਫਿਰਦਾ ਵਾਂ ਮੈਨੂੰ ਕੀ ਲੋੜ ਆਰਾਮ ਕਰਨ ਦੀ ਰੈਸਟ ਤੇ ਅਰਜਨ ਵੈਲੀ ਨੇ ਕੀ ਕਰਨਾ ਹੀ ਉਹਨੇ ਤੇ ਟੁਰਨਾ ਫੇਰਨਾ ਸ਼ੁਰੂ ਕਰ ਦਿੱਤਾ ਇਸ ਉਮਰ ਦੇ ਵਿੱਚ ਵੀ ਜਿਸ ਕਾਰਨ ਟੱਕੇ ਟੁੱਟ ਗਏ ਤੇ ਅਰਜਨ ਵੈਲੀ ਦੀ ਮੌਤ ਹੋ ਗਈ ਮੈਂ YouTube ਦੇ ਉੱਤੇ ਇੱਕ ਵੀਡੀਓ ਵੇਖੀ ਆ ਜਿਦੇ ਵਿੱਚ ਇੱਕ ਵੀਰ ਕਲੇਮ ਕਰਨ ਧਿਆਵਾ ਵੇ ਜਿਹੜੇ ਅਰਜਨ ਵੈਲੀ ਦਾ ਇਸ ਗੀਤ ਦੇ ਵਿੱਚ ਨਾ ਆ ਉਹ ਹਰੀ ਸਿੰਘ ਨਲੂਆ ਦਾ ਪੁੱਤਰ ਆ ਕਿਸੇ ਰੈਂਡਮ ਵੈਬਸਾਈਟ ਤੋਂ ਇਨਫੋਰਮੇਸ਼ਨ ਚੱਕ ਕੇ ਤੇ ਤੁਸੀਂ ਕਹਿ ਦਿਓ ਵੀ ਉਹ ਹਰੀ ਸਿੰਘ ਨਲੂਆ ਦਾ ਪੁੱਤਰ ਹੀ ਇਹ ਸੂਰਮਿਆਂ ਦਾ ਇਤਿਹਾਸ ਬਦਲ ਦੇਣਾ ਇਹ ਮਾੜੀ ਗੱਲ ਆ ਖੈਰ ਆਪਣੇ ਵੀਰ ਨੇ ਸਾਰੇ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਹੱਡੇ ਤੋਂ ਵੀ ਹੋ ਗਈਆਂ ਹੋਣੀਆਂ ਪਰ ਤੋਂ ਹੀ ਇਹ ਗੱਲ ਸੋਚ ਕੇ ਵੇਖੋ ਜੇ ਹਰੀ ਸਿੰਘ ਨਲੂਆ ਦਾ ਪੁੱਤਰ ਅਰਜਨ ਸਿੰਘ ਨਲੂਆ ਦਾ ਨਾਮ ਇਸ ਗੀਤ ਦੇ ਵਿੱਚ ਯੂਜ਼ ਕੀਤਾ ਗਿਆ ਤਾਂ ਫਿਰ ਉਹਨਾਂ ਦੇ ਨਾਮ ਦੇ ਅੱਗੇ ਵੈਲੀ ਕਿਵੇਂ ਲੱਗਿਆ ਕਿਉਂਕਿ ਵੈਲੀ ਸ਼ਬਦ ਤੇ ਬਹੁਤ ਬਾਅਦ ਦੇ ਵਿੱਚ ਆਇਆ ਜਦੋਂ ਸੁੱਚਾ ਸੂਰਮਾ ਜੌਣਾ ਮੋੜ ਵਰਗੇ ਆਏ ਸਨ ਅਰਜਨ ਸਿੰਘ ਨਲੂਆ ਦੇ ਸਮੇਂ ਤਾਂ ਇਹ ਸ਼ਬਦ ਹੁੰਦਾ ਵੀ ਨਹੀਂ ਸੀ ਸੋ ਜੇ ਇਹ ਗਾਣਾ ਹਰੀ ਸਿੰਘ ਨਲੂਆ ਦੇ ਪੁੱਤਰ ਦੇ ਉੱਤੇ ਹੁੰਦਾ ਤੇ ਜਾਂ ਤੇ ਅਰਜਨ ਸਿੰਘ ਖਾਲਸਾ ਲੱਗਦਾ ਜਾਂ ਫਿਰ ਅਰਜਨ ਸਿੰਘ ਨਲੂਆ ਲੱਗਦਾ ਅਰਜਨ ਸਿੰਘ ਨਲੂਆ ਨੇ ਵੀ ਬਹੁਤ ਯੰਗਾ ਲੜੀਆਂ ਨੇ ਹਰੀ ਸਿੰਘ ਨਲੂਆ ਨੂੰ ਤੇ ਲਗਭਗ ਸਾਰੇ ਹੀ ਜਾਣਦੇ ਨੇ ਪੰਜਾਬ ਦੇ ਵਿੱਚ ਪਰ ਅਰਜਨ ਸਿੰਘ ਨਲੂਆ ਛੜਿਆ ਤੇ ਉਹਨਾਂ ਦੀ ਵੀ ਗੱਲ ਕਰ ਹੀ ਲੈਨੇ ਆ ਅਰਜਨ ਸਿੰਘ ਨਲੂਆ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕਨਵਰ ਨੌਰ ਨਿਹਾਲ ਸਿੰਘ ਨਾਲ ਨੇੜਤਾ ਰੱਖਦਾ ਸੀ ਇਹ ਆਪਣੇ ਇਲਾਕੇ ਦੀਆਂ ਜ਼ਗੀਰਾਂ ਵਸੂਲਦੇ ਸੀ। ਗਰੇ ਜਿੰਨਾਂ ਤੋਂ ਜ਼ਗੀਰਦਾਰੀ ਖੋਣਾ ਚਾਹੁੰਦੇ ਸੀ ਤੇ ਗਰੇਜਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਅਰਜਨ ਸਿੰਘ ਨਲੂਆ ਨੇ ਫੇਰ ਡਟ ਕੇ ਮੁਕਾਬਲਾ ਕੀਤਾ ਤੇ ਗਰੇਜਾਂ ਤੇ ਗੋਲੀਆਂ ਚਲਾਈਆਂ। ਕੁਝ ਸਮੇਂ ਬਾਅਦ ਜਦੋਂ ਗੋਲੀਆਂ ਖਤਮ ਹੋ ਗਈਆਂ ਤੇ ਅਰਜਨ ਸਿੰਘ ਨਲੂਆ ਨੂੰ ਇੱਕ ਗੰਦਾਸੀ ਮਿਲ ਗਈ ਤੇ ਉਹਨੇ ਗੰਦਾਸੀ ਨਾਲ ਹੀ ਗੋਰੀਆਂ ਦਾ ਮੁਕਾਬਲਾ ਕੀਤਾ। ਉਹਨੇ ਸਾਰੇ ਗੁਰੇ ਭਜਾਤੇ ਤੇ ਉਸ ਤੋਂ ਬਾਅਦ ਉਹ ਸਿੱਖਾਂ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ। ਸੈਕੰਡ ਐਂਗਲੋ ਸਿੱਖ ਵਾਰ ਜਿਹੜੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਜਿਹੜੀ ਗੰਡਾਸੀ ਵਾਲੀ ਲਾਈਨ ਹੈ ਗਾਣੇ ਦੇ ਵਿੱਚ ਉਹਦੇ ਕਰਕੇ ਲੋਕੀ ਕਹਿ ਰਹੇ ਨੇ ਵੀ ਅਰਜਨ ਸਿੰਘ ਨਲੂਆ ਬਾਰੇ ਗੱਲ ਕੀਤੀ ਗਈ ਹੈ ਪਰ ਵੈਲੀ ਸ਼ਬਦ ਨਾਲ ਦੀ ਸ਼ਹੀਦੀ ਤੋਂ ਬਹੁਤ ਬਾਅਦ ਆਇਆ ਸੀ ਸੋ ਇਹ ਗੱਲ ਜਿਹੜੀ ਹੈ ਅਰਜਨ ਵੈਲੀ ਦੀ ਕੀਤੀ ਗਈ ਹੈ ਕਿਉਂਕਿ ਜੇ ਗੱਲ ਅਰਜਨ ਸਿੰਘ ਨਲੂਆ ਦੀ ਕੀਤੀ ਹੁੰਦੀ ਜਾਂ ਤੇ ਉਹਨਾਂ ਦੇ ਨਾਂ 'ਤੇ ਖਾਲਸਾ ਲੱਗਦਾ ਜਾਂ ਨਲੂਆ ਲੱਗਦਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਹੋਰ ਨਾਲ ਸੰਗਤ ਨਾਲ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਜਿਹੜੇ ਮੇਰੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਵੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ